ਮੇਰਾ ਨਾਂ ਜਤਿੰਦਰ ਸਿੰਘ ਚਾੜਕ ਹੈ। ਮੈਂ ਬਿਸ਼ਨਾਹ ਤਹਿਸੀਲ ਪਿੰਡ ਨੌਕਰਾਂ ਦਾ ਰਹਿਣ ਵਾਲਾ। ਮੇਰਾ ਬਚਪਨ ਕੋਲਾਂ ਇੱਕ ਗੇ ਖਾਬ ਹਾ ਆਰਮੀ 'ਚ ਨੌਕਰ ਹੋਣ ਦਾ ਔਰ ਦੇਸ਼ ਦੀ ਸੇਵਾ ਕਰਨ ਦਾ। ਜਿਸ ਪੂਰਾ ਕਰਨ ਵਾਸਤੇ ਕਾਫੀ ਕੋਸ਼ਿਸ਼ ਕੀਤੀ, ਪਿੰਡ 'ਚ ਵੀ ਦੌੜ ਲਾਈ, ਫਿਰ ਲੋਕਾਂ ਆਖਿਆ ਸਟੇਡੀਅਮ ਜੁਆਇਨ ਕਰੋ, ਉਹ 'ਚ ਅੱਛਾ ਮੌਕਾ ਮਿਲੇਗਾ ਅੱਗੇ ਜਾਣ ਦਾ। ਸਟੇਡੀਅਮ ਜੁਆਇਨ ਕੀਤਾ, ਸਟੇਡੀਅਮ ਟਾਈਮ 800 ਮੀਟਰ ਦਾ ਪਲੇਅਰ ਵੀ ਰਹਿ ਚੁੱਕਿਆ, ਕਾਫੀ ਅੱਛੀ ਪਰਫਾਰਮੈਂਸ ਸੀ ਮੇਰੀ ਉੱਥੇ। 16 ਸਾਲ ਕੁਛ ਮਹੀਨੇ ਦਾ ਹਾਂ ਜਦੋਂ ਮੈਂ ਪਹਿਲੀ ਭਰਤੀ ਦਿਖੀ। ਉਹਦੇ ਬਾਅਦ ਅਪਰੋਕਸੀਮੇਟਲੀ ਮੈਂ 52 ਭਰਤੀਆਂ ਦਿਖੀਆਂ, ਜਿਹਦੇ 'ਚ 52 ਭਰਤੀਆਂ 'ਚ ਮੈਂ ਐਕਸੀਡੈਂਟ ਮਾਰ ਰਿਹਾ। ਫਿਰ ਵੀ ਉਹਦੇ ਬਾਵਜੂਦ ਵੀ ਮੇਰੀ ਹਾਈਟ ਦੀ ਵਜ੍ਹਾ ਕਰਨਾ ਗਿਆ ਮਿਗੀ ਆਰਮੀ 'ਚ ਸਿਲੈਕਟਿੰਗ ਕੀਤਾ ਗਿਆ। ਜਦੋਂ ਮੈਂ ਥੱਕੀ ਹਾਰੀ ਆ ਘਰ ਦੀ ਕੰਡੀਸ਼ਨ ਦੀ ਫਾਈਨੈਂਸ਼ੀਅਲ ਦੀ ਵਜ੍ਹਾ ਕਰਨਾ, ਮੈਂ ਸੋਚਿਆ ਕਿ ਮੇਰਾ ਤਾਂ ਕੁਛ ਨਹੀਂ ਹੋਇਆ, ਚੱਲ ਮੈਨੂੰ ਆਪਣੇ ਭਤੀਜੇ ਜੀ ਤਿਆਰ ਕਰਨਾ ਰਨਿੰਗ ਵਾਸਤੇ ਆਰਮੀ ਬੈਲਟ ਫੋਰਸ ਵਾਸਤੇ। ਕਾਫੀ ਮਿਹਨਤ ਕੀਤੀ ਸਰ ਬੱਚੇ, ਪਰ ਹਰ ਸਾਲ ਆਪਣਾ ਬੱਚਾ ਇੱਕ ਨਾ ਇੱਕ ਆਰਮੀ 'ਚ ਰਜਿਸਟਰ ਕਰਾਇਆ। ਲਾਸਟ ਜਿਹੜੇ ਸਿਸਟਮ ਇਹ ਘਰ ਦਾ ਕਲੀਅਰ ਹੋਈ ਆ, ਬੱਚੇ ਨੌਕਰ ਹੋਈ ਹੈ, ਮੈਰਿਡ ਲਾਈਫ ਹੋਈ, ਮੈਰਿਡ ਲਾਈਫ ਦੇ ਬਾਅਦ ਉਹ ਘਰ ਦਾ ਕੰਡੀਸ਼ਨ, ਗਾਂ 'ਚ ਬੱਚੀਆਂ ਡੰਗਰ ਪੱਠੇ ਪੁੱਠੇ ਵੱਢੇ, ਘਰ ਕੰਮ ਉੱਪਰ ਗਏ, ਸ਼ਾਮੀ ਕੰਮ ਮੁਕਾਇਆ ਅਤੇ ਘਰ ਬੱਚੇ ਕਰਨਾ। ਅਸ ਕੋਈ 3-4 ਮੁੰਡੇ ਹੈ, ਅਸ ਚਾਹੁੰਦੇ ਕਿ ਅਸ ਭਰਤੀ ਹੋ ਚਾਹੇ, ਤੋ ਸਾਨੂੰ ਇੱਕ ਪ੍ਰੋਪਰ ਟੈਕਨੀਕ ਨਹੀਂ ਪਤਾ ਹੈ, ਉਸ ਟੈਕਨੀਕ ਦੀ ਉਸ ਮਤਲਬ ਟੈਕਨੀਕ ਦੀ ਹਾਸਿਲ ਕਰਨ ਲਈ ਮਤਲਬ ਅਸੀਂ ਇੱਕ ਕਿਤਾਬ ਚਾਚੇ ਕਨੇ ਕੰਸਲਟ ਕੀਤਾ, ਜਿਹਦਾ ਨਾਂ ਜਤਿੰਦਰ ਸਿੰਘ ਹੋਰ ਸੋਹਣਾ ਚਾਚਾ ਵੀ ਅਸ ਆਖਣੇ ਹਾਂ, ਤੋ ਅਸੀਂ ਉਹਦੇ ਕਨੇ ਗੱਲਬਾਤ ਕੀਤੀ, ਤੋ ਉਹਨੇ ਸਾਨੂੰ ਟ੍ਰੇਨਿੰਗ ਦੇਣਾ ਸ਼ੁਰੂ ਕੀਤੀ। ਬਸ ਉਹਦੇ ਬਾਅਦ ਇੱਕ ਪ੍ਰੋਸੀਜਰ ਬਣੀ ਆ ਕਿ ਚਾਚੇ ਕੋਲ ਦੌੜ ਲਾਉਣ ਜਾਣਾ ਔਰ ਨੌਕਰ ਹੋਣਾ। ਸਰ ਅੱਜ ਤੱਕ ਸਾਡੇ ਇੱਥੇ ਟਰੈਕ ਪਰ 600-700 ਮੁੰਡਾ ਜਿਹੜਾ ਮੇਰੇ ਕੋਲ ਟ੍ਰੇਨਡ ਹੋਈ ਗਿਆ, ਜਿਹੜਾ ਬੈਸਟ ਟ੍ਰੇਨਡਰ ਜਾਂ 1000 ਦੇ ਕਰੀਬ ਮੁੰਡੇ ਗਏ ਨੇ, ਜਿਹੜੇ ਬੈਸਟ ਟ੍ਰੇਨਡਰ ਮੇਰੇ ਮੁੰਡੇ 'ਚ ਬੱਚੇ 600 ਮੁੰਡਾ ਹੋਈ ਗਿਆ, ਜਿਹਦੇ ਵਿੱਚ ਆਲਮੋਸਟ ਸਾਰੇ ਗੇ ਨੌਕਰ ਨੇ। 450-450 ਦੇ ਕਰੀਬ ਜਿਹੜੇ ਬੱਚਾ ਉਹ ਮੇਰਾ ਇਲੇ ਐਜ਼ ਪ੍ਰੈਜੈਂਟ ਨੌਕਰੀ ਕਰਾ ਦਾ। ਹਰ ਇੱਕ ਬੈਲਟ ਫੋਰਸ, ਏਅਰ ਫੋਰਸ, ਨੇਵੀ, ਆਪਣਾ ਆਰਮੀ, JKP, ਆਰਮਡ, ਕੋਈ ਵੀ ਫੋਰਸ ਐਸੀ ਨਹੀਂ ਹੈ ਸਰ ਜਿਹਦੇ 'ਚ ਸਾਡਾ ਆਪਣਾ ਸਟੂਡੈਂਟ ਨਹੀਂ ਵਰਕ ਕਰਾਵਾ। ਉਸਤਾਦ ਬੋਲਦਾ ਜਬ ਤੱਕ ਰੰਗਰੂਟ ਰਗੜਾ ਨਹੀਂ ਖਾਏਗਾ ਉਹ ਸਹੀ ਨਹੀਂ ਹੋ ਸਕਦਾ, ਤੋ ਉਹੀ ਪੁਜੀਸ਼ਨ ਇਹੀ ਪਿਆ ਹੈ। ਅਗਰ ਰਗੜਾ ਖਾਂਗ ਨਹੀਂ ਮੁੜਾ ਤਾਂ 300 ਬੰਦੇ 'ਚ ਆਪਣਾ ਅਚੀਵ ਕਿਵੇਂ ਕਰ। ਰੈਕਨ ਕਲੱਬ 'ਚ ਫਿਜ਼ੀਕਲ ਟ੍ਰੇਨਿੰਗ ਤਾਂ ਆਹੀ ਹੈ ਜਿਹੜੀ 6 ਵਜੇ ਸ਼ਾਮੀ ਗਰਾਊਂਡ ਪਰ ਮੈਂ ਆਣੀਆਂ ਸ਼ੁਰੂ ਕਰ ਦੇਣਾ। ਉਹਦੇ ਇਲਾਵਾ ਟੈਸਟ ਦੀ ਤਿਆਰੀ SSC ਦੀ, ਆਰਮੀ ਦੀ, ਮੇਰੇ ਸਟੂਡੈਂਟ ਨੇ ਸੁਰਜੀਤ ਹੋਰ ਸ਼ਾਲੂ ਤਾਂ ਚਲੀ ਜਾਂਦਾ, ਛੁੱਟੀ ਆਉਂਦਾ ਹੈਲਪ ਕਰਦਾ, ਪਰ ਪਹਿਲੇ ਉਹਨੇ ਸ਼ੁਰੂ ਕੀਤਾ। ਆਰਮੀ ਵਿੱਚ ਜਾਣ ਵਾਸਤੇ ਟੌਪ ਦੀ ਫਿਟਨੈਸ ਚਾਹੀਦੀ ਹੁੰਦੀ ਹੈ, ਜਿਹਦੇ ਵਾਸਤੇ ਜਤਿੰਦਰ ਸਿੰਘ ਹੋਰ ਨੌਜਵਾਨੇ ਗੀ ਬੜੀ ਗੇ ਅੱਛੀ ਤਰੀਕੇ ਕੰਨੇ ਤਿਆਰੀ ਕਰਾ ਕਰਦੇ ਨੇ, ਉਹਦੇ ਕੰਨੇ ਗਏ ਰਿਟਨ ਐਗਜ਼ਾਮੀਨੇਸ਼ਨ ਦੀ ਵੀ ਤਿਆਰੀ ਕਰਾ ਕਰਦੇ ਨੇ, ਜਿਹੜਾ ਬੜਾ ਗਾ ਸ਼ੈਲ ਅਤੇ ਤਾਰੀਫ ਕਰਨ ਵਾਲਾ ਕੰਮ ਹੈ। ਔਰ ਮੈਂ ਇਹਦੇ ਵਾਸਤੇ ਜਤਿੰਦਰ ਸਿੰਘ ਉਹਨੇ ਗੀ ਬੜੀ ਗੇ ਮੁਬਾਰਕਬਾਦ ਦੇਣਾ ਚਾਹੁੰਦਾ, ਤੁਸ ਸਾਡੇ ਸਾਰੇ ਵਾਸਤੇ ਰੋਲ ਮਾਡਲ ਹੋ ਅਤੇ ਸਾਨੂੰ ਸਾਰੇ ਗੀ ਤੁਹਾਡੇ ਪਰ ਬੜਾ ਫਖਰ ਹੈ। ਜਤਿੰਦਰ ਸਿੰਘ ਨੇ ਜਿਸ ਤਰੀਕੇ ਦਾ ਤਰੀਕਾ ਅਪਣਾਇਆ ਹੈ, ਜਿਸ ਤਰੀਕੇ ਸੇ ਦੇਸ਼ ਭਗਤੀ ਕਾ ਜਜ਼ਬਾ ਉਸਨੇ ਦਿਖਾਇਆ ਹੈ ਔਰ ਜਿਸ ਤਰੀਕੇ ਸੇ ਉਸਨੇ ਦੇਸ਼ ਕੇ ਲੀਏ ਕਾਮ ਕੀਆ ਹੈ, ਵੋ ਇੱਕ ਐਸਾ ਕਾਮ ਕਰ ਰਹੇ ਹੈ ਜੋ ਆਮ ਇਨਸਾਨ ਨਹੀਂ ਕਰ ਸਕਦਾ, ਕਿ ਯਹਾਂ ਕੇ ਯੁਵਾਓਂ ਕੋ ਆਰਮੀ ਕੇ ਲੀਏ ਟ੍ਰੇਨ ਕਰਨਾ, ਕਿ ਇੱਕ ਉਨਕੋ ਯੇ ਮਨ ਮੇ ਭਾਵਨਾ ਪੈਦਾ ਕਰਨਾ ਔਰ ਉਨਕੋ ਟ੍ਰੇਨਿੰਗ ਦੇਣੀ, ਕਿ ਆਰਮੀ ਕੇ ਲੀਏ ਅਗਰ ਵੋ ਅੱਛੇ ਅਥਲੀਟ ਬਣੇਗੇ, ਅੱਛੀ ਫਿਜ਼ੀਕਲੀ ਵੋ ਸਾਊਂਡ ਹੋਗੇ, ਤੋ ਆਰਮੀ ਮੇ ਜਾ ਕੇ ਉਨਕੋ ਇੱਕ ਅੱਛਾ ਮੁਕਾਮ ਜੋ ਹੈ ਵੋ ਮਿਲ ਸਕਦਾ ਹੈ। ਮੈਂ ਜਤਿੰਦਰ ਕੋਚ ਜਿਹੜੇ ਨੇ ਉਹਨਾਂ ਨੂੰ ਬੜਾ ਐਪਰੀਸ਼ੀਏਟ ਕਰਾਂਗਾ, ਜਿਨ੍ਹਾਂ ਨੇ ਅੱਜ ਤੱਕ ਕੰਟੀਨਿਊ ਇਸ ਚੀਜ਼ ਨੂੰ ਰੱਖਿਆ ਔਰ ਬੱਚੇ ਜਿਹੜੇ ਨੇ ਉਹ ਪੂਰੀ ਸਹੀ ਢੰਗ ਨਾਲ ਟ੍ਰੇਨਿੰਗ ਲੈ ਰਹੇ ਨੇ ਔਰ ਮੈਨੂੰ ਲੱਗਦਾ ਕਿ ਜਿਹੜੇ ਬੱਚੇ ਨੇ ਉਹ ਕਾਫੀ ਸਕਸੈਸਫੁੱਲ ਰਹਿਣਗੇ ਆਪਣੀ ਲਾਈਫ ਦੇ ਵਿੱਚ, ਜਿਹਦੇ 'ਚ ਦੇਸ਼ ਭਗਤੀ ਦਾ ਪੂਰਾ ਜਜ਼ਬਾ ਔਰ ਮੈਂ ਕਹਾਂਗਾ ਅਗਰ ਇਸ ਜਜ਼ਬੇ ਨਾਲ ਚੱਲਦੇ ਰਹੇ
तो उन्होंने जी लाइफ अपनी एम है वो जरूर पूरी होगी। देशभगति का जिहड़ा जज्बा मैं जितेंद्र सिंह हुंदे च देखिया वो वाकई च इंप्रैसिव हा और मता अफसोस मी तां होया कि किन्ने सालें दा ट्रेनिंग कैंप चला करदे न और अली तक कुसा मीडिया उसने ने कवर करने की कोशिश नहीं की, बल्कि सानूं ये चाहिदा कि इन्हें एनकरेजमेंट मिले, इन्हें और प्रमोशन मिले, लोग जानन कि अच्छा काम होता साढ़े देश साढ़े जम्मू च। इंदी वजह कन्नै आसे पासे लोग जिन्ने भी लड़कें की सोसाइटी भी सुधरी है, बच्चे भी सुधरे ने, जेडे गलत कम्में अगे पिछे शामा ही जंदे हे वो शामा ही इत्थे पूरे दिन ट्रेनिंग करते हैं, ट्रेनिंग करिए फिर बंदे पूरा मतलब उनका बिजी शड्यूल हो जाता पूरे दिन का, मतलब घर के कम अच्छे कम ले आते हैं और उनके माँ पे भी खुश होइए पे जाते हैं। इतने जल्द मेरे ट्रैक पर बच्चा उतरी जाता है, इतने कोई कास्टिज नहीं है, कोई राजपूत नहीं, कोई ब्राह्मण नहीं, कोई माशा नहीं, कोई चूड़ा नहीं, कोई डूम नहीं, कोई डला नहीं, इतने कोई नहीं, इतने एक फैमिली है, एक घर है, ये अपने भरा घर करवाने, ये मेरे पति जिन्हें मैं आंदा चाचा, इतने बस इये अलाउड है। फास्ट फूड नहीं यूज करना, गर्लफ्रेंड कोई नहीं होनी चाहिए, टोटली खत्म, अपना घर का वर्कआउट सवेरे जिहड़ा बिल है उन जरूर करना, शामी का वर्कआउट मेरे को नहीं करना, आने जाने की अगे पिछे मनाई है, सीधा आना मेरे को सीधा घर जाना, छुट्टी कोई नहीं विदाउट मेरे परमिशन दे, बस ये दिक्कत कुछ बच्चे ही आदि पर इस दिक्कतें ही जड़ा बच्चा अचीव करी आ जड़ा इस दौर च निकली आ और एक नहीं दिक्कतें की पिछे रखिए अगे गया तो अज तक मेरे ट्रैक पर नौकर भी होया वेला कोई नहीं है। काम उपरा थके टुटे दाना, मेरा काम बड़ा टफ है, मैं जल्द अपने दफ्तर जाना उत्थे काम थोड़ा देख गया, गैंती वेल्च वाला काम भी है, मैं गैंती वेल्च वाला काम भी करना सर, उत्थे केबल भी जोड़ना, हाँ जल्द पूरी दिन धुप्पा रोना हो थके टुटे बंदा घर आए तो सोचता कि मैं रैसट करा, पर रैसट करने का जज्बा हूँ सारा खत्म हो गया, बस मैं चाहना कि मैं जल्दी को जल्दी ट्रैक पर पुजा, जिन्ना भी थके जिन्ना मर्जी सर, जल्द मैं ट्रैक पर आना मैं इं लगता कि मैं बिल्कुल रिलैक्स हाँ, मेरी उम्र वापस रिवर्ट हुई है 16 साल की आई है, बस उस लैवल पर फिर मैं आनी अपना वर्कआउट कराना, तो मैं इं लगता कि मैं अज परती उस ग्राउंड स्टेडियम वाले ग्राउंड 800 मीटर दौड़ा जहाँ पहले दौड़ा। अपने लिए जीए तो क्या जीए, जीए दिल जमाने के लिए, अपने वास्ते सारी दुनिया जींदी है, अस भी जीए देना बाकी करा दे, जब जेड़ा हौसला दुए वास्ते करिए कुछ जज्बा मिलता ना, अपने आप ही खुशी होंगी ना, वह मजा गै किशोर है।